नाज़रीन मैं जिवे के तो को है कि आज मैं तो गुसैर करवावणी है चोलिस्तान दी और मैं तो गुसैर करवावणी है चोलिस्तान ई टाइम मैं कालू वाले टोभे ते मौजूद हां ये कुछ सरेदन कालू वाला टोबा ਕਿ ਉਸ ਰਿੰਦਨ ਕਾਲੂ ਵਾਲਾ ਟੋਬਾ ਮੈਨੂੰ ਨਹੀਂ ਪਤਾ ਨਾਜ਼ਰੀਨ ਮੇਰੇ ਸਿੰਧਾ ਬਣਿਆ ਕਿ ਤੁਸੀਂ ਦੇਦੇ ਪੈਸੋ ਮੇਰੀ ਬੈਕ ਸਾਈਡ ਤੇ ਇਹ ਜਿਹੜਾ ਨਾ ਇੱਕ ਝਿੱਕਾ ਜਿਹਾ ਇੱਕ ਤਲਾਬ ਬਣਾਇਆ ਇਹ ਖੂਬ ਬਣਿਆ ਹੋਇਆ ਔਰ ਇਹ ਕਿਤ ਵਾਸਤੇ ਹੈ ਕਿ ਜਦੋਂ ਬਾਰਿਸ਼ ਆਂਦੀ ਹੈ ਤਾਂ ਬਾਰਿਸ਼ ਦਾ ਪਾਣੀ ਇਹਨਾਂ ਦੇ ਵਿੱਚ ਜਮਾ ਥਿੰਦਾ ਹੈ ਵਾਹ ਲੋ ਪਾਣੀ ਇਨਸਾਨ ਵੀ ਪੀਂਦੇ ਨੇ ਵਾਹ ਲੋ ਪਾਣੀ ਜਾਨਵਰ ਵੀ ਪੀਂਦੇ ਨੇ ਵਾਹ ਲੋ ਪਾਣੀ ਜਿਹੜਾ ਹੈ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਕੈਸੀ ਹੈਰਤਕੁਨ ਗੱਲ ਹੈ ਕਿ ਅਸਾਂ ਸ਼ਹਿਰਾਂ ਦੇ ਵਿੱਚ ਵਾਟਰ ਸਪਲਾਈ ਦਾ ਔਰ ਮਨਲ ਵਾਟਰ ਯੂਜ਼ ਕਰ ਰਹੇ ਨੇ ਲੇਕਿਨ ਇੱਥਾ ਚੋਲਿਸਤਾਨ ਦੇ ਜਿਹੜੇ ਪਾਣੀ ਪੀ ਕੇ ਵੀ ਖੁਸ਼ ਤਾਂ ਆਓ ਨਾਜ਼ਰੀਨ ਜ਼ਰਾ ਜੁਲਦੇ ਹਾਂ ਅੱਗੇ ਤੇ ਔਰ ਤੁਸੀਂ ਦੇਖ ਸਕਦੇ ਹੋ ਮੇਰੇ ਟੀਵੀ ਸਕਰੀਨ ਦੇ ਉੱਤੇ ਇਹ ਤਾਂ ਕੋ ਨਜ਼ਰ ਆਂਦੇ ਪਏ ਹੁਸਨ ਇਹ तमाम ਇਹ ਕਾਲੂ ਵਾਲਾ ਟੋਬਾ ਮਸ਼ਹੂਰ ਹੈ ਇਹ ਕਾਲੂ ਵਾਲਾ ਟੋਬਾ ਕਿਉਂ ਹੈ ਇਹਦਾ ਤਾਂ ਸਾਕੂ ਵੀ ਪਤਾ ਨਹੀਂ ਲੇਕਿਨ ਸਾਕੂ ਪਤਾ ਲਗਾ ਬਈ ਇਹ ਟੋਬੇ ਕੋ ਸਰਦਨ ਕਾਲੂ ਵਾਲਾ ਟੋਬਾ ਇਹ ਤੁਸੀਂ ਦੇਖ ਸਕਦੇ ਹੋ ਕਿ ਦੂਖੂ ਮੌਜੂਦ ਹਨ ਅਮੇਰਾ ਕੈਮਰਾਮੈਨ ਅਗਰ ਤੁਹਾਨੂੰ ਦਿਖਾਵੇ ਤਾਂ ਖੂਦ ਦੇ ਅੰਦਰ ਦੇ ਨਜ਼ਾਰੇ ਵੀ ਤੁਸੀਂ ਦੇਖ ਸਕਦੇ ਹੋ ਇਹ ਅੰਦਰ ਦੇ ਨਜ਼ਾਰੇ ਹਨ ਔਰ ਉ ਤੋਂ ਬਾਅਦ ਅਸੀਂ ਇਹ ਟਾਈਮ ਇਹ ਰੋਹੀ ਚੋਲिस्तान ਦੇ ਵਿੱਚ ਮੌਜੂਦ ਹਨ ਔਰ ਯਕੀਨਨ ਬੜਾ ਨਜ਼ਦੀਕ ਹੈ ਅਗੋਂ ਜਿੱਥਾਂ ਅਸੀਂ ਵੰਣਾ ਹੈ ਇੱਕ ਕਿਲੇ ਤੇ ਅਸੀਂ ਜਿੱਥਾਂ ਵੰਣਾ ਹੈ ਕਿਲਾ ਮਰੋਟ ਅਗੂ ਬਿਲਕੁਲ ਨਜ਼ਦੀਕ ਹੈ ਤਾਂ ਨਾਜ਼ਰੀਨ ਮੇਰਾ ਕੈਮਰਾਮੈਨ ਤੋ ਕਿਖੇ ਸੀ ਹਾਂਜੀ ਇਹ ਟੋਭਾ ਦੀ ਖੈਸੋ ਜੀ ਜ਼ਰਾ ਇਹ ਟੋਭਾ ਦੀ ਖੈਸੋ ਇਹ ਟੋਭਾ ਜਿਹੜਾ ਕਿ ਬਾਰਸ਼ਾਂ ਦੇ ਨਾਲ ਸਾਵਣ ਦੀ ਬਾਰਿਸ਼ ਨਾਲ ਪਾਣੀ ਇਕੱਠਾ ਥਿੰਦਾ ਹੈ ਔਰ ਇਹ ਪਾਣੀ ਇੱਥਾਂ ਜਮਾ ਥਿੰਦਾ ਹੈ ਔਰ ਵੱਲ ਇਥੋ ਜਿਹੜਾ ਹੈ ਜਾਨਵਰ ਵੀ ਪੀਂਦੇ ਹਨ ਇਨਸਾਨ ਵੀ ਪੀਂਦੇ ਹਨ ਔਰ ਇਹੋ ਪਾਣੀ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਨਾਜ਼ਰੀਨ ਤੁਸੀਂ ਦੇਖ ਸਕਦੇ ਹੋ ਮੇਰੇ ਟੀਵੀ ਸਕਰੀਨ ਦੇ ਉਤੇ ਇਹ ਟਾਈਮ ਮੈਂ ਮੌਜੂਦਾਂ ਕਾਲੂ ਵਾਲੇ ਟੋਬੇ ਤੇ ਔਰ ਕਾਲੂ ਵਾਲਾ ਟੋਬਾ ਜਿਹੜਾ ਹੈ ਇਹ ਚੋਲिस्तान ਦੇ ਵਿੱਚ ਹੈ ਇਹ ਚੋਲिस्तान ਦੇ ਵਿੱਚ ਮੈਂ ਇਹ ਟਾਈਮ ਖੜਾ ਔਰ ਅਸਾਂ ਵੇਦੇ ਪਏ ਅਗੀ ਤੇ ਕਿਲਾ ਮਰੋਟ ਵਾਲੇ ਪਾਸੇ ਇਹ ਤੋਬੇ ਤੋਂ ਸਰ ਇੱਕ ਸੇ ਵੇ ਡੂ ਖੂ ਮੌਜੂਦ ਹਨ ਔਰ ਉ ਤੋਂ ਬਾਅਦ ਇਹ ਸਾਹਮਣੇ ਜਿਹੜਾ ਹੈ ਉਹਨਾਂ ਨੇ ਉਤੋਂ ਇਹਦੇ ਛੱਤ ਵਗੈਰਾ ਬਣਾ ਕੇ पानी जमा करने वास्ते लेकिन लाख छत हो गए इंते देख सकते हो कि मिट्टी जड़ा घट्टा और इतना जानवर भी इतनी पीते हैं इंसान भी इत पानी पीते हैं आओनाजर जुलते हैं अग्ते और तो आपको कुछ मनाजर लिखे ने हैं कि कालू आे टोभे क्या मनाजर हैं ये तमाम मनाजर असं तुको तो लिखे कालू आलेे टोभे ते टाइम में मौजूद हाँ तब करा पैं भी मैं ਕਰੀਆਂ ਦੀ ਗਾਲ ਕਰੇ ਦਾ ਪਿਆ ਮੈਂ ਅਪੀਲ ਹੁੰਦੀ ਗਾਲ ਕਰੇ ਦਾ ਪਿਆ ਮੈਂ ਡੇ ਲਿਆ ਦੀ ਤਾਂ ਯਕੀਨਨ ਸਦੀ ਸਕਾਫਤ ਸਾਡਾ ਕਲਚਰ ਬੜਾ ਖੂਬਸੂਰਤ ਹੈ ਤਾਂ ਯਕੀਨਨ ਇਹ ਤੋਂ ਸਾਡਾ ਦੇਖ ਸਕਦੇ ਵੇ ਗਾਲਬਨ ਮੇਰੇ ਖਰੇ ਲਈ ਸਰਕਾਰੀ ਤੌਰ ਤੇ ਟੋਬਾ ਬਣਾਇਆ ਗਿਆ ਇਹਦੇ ਉਤੇ ਜਿਹੜਾ ਨਾ ਐਂਗਲ ਲਾ ਕੇ ਚਾਦਰਾਂ ਲਾ ਕੇ ਇਨ ਕੋ ਬੜਾ ਖੂਬਸੂਰਤ ਤਰੀਕੇ ਦੇ ਨਾਲ ਇਹਦਾ منظر ਨਜ਼ਰ ਆਂਦਾ ਪਈਏ ਨਾਜ਼ਰੀਨ ਸਰਾਈਕੀ ਸਕਾਫਤ ਤਾਂ ਮੈਨੂੰ ਇਥਾ ਬੜਾ ਖੂਬਸੂਰਤ ਜਿਹਾ ਗਾਣਾ ਯਾਦ ਆ ਗਿਆ ਪੀਰੂ ਪੱਕੀਆਂ ਨਹੀਂ आ चुणूं रल यार पीलू पकियां نہیں तां मैं तमामु ॾेखारनि ना ناظرین नज़र نظر कुझु करे सघां के धुप तूं उठी छां ते वाला धुप तूं उठी छां ते वाला छोड़ सिराणा बह ते वाला बह ते रिज़वान जे चैन नावे जुतियां सूदे हां ते वाला मेर रोही मेरा चोलिस्तान इतना ख़ूबसूरत इतना ख़ूबसूरत यकी यकीन मनो मूंखे इतन मज़ा आंदा हिसाब त नाजरीन जुलते हैं अभी तक क्योंकि असा सफ़र भी ढेर सारा करना है और वलो तो बाद ढेर सारे मनाजर भी तो को दिखावने तो नाजरीन तु सर हमें मेरे नाल नाल और असा जुलसू किला मरौट आए पास और इवें ही अगर साको कोई चंगा मनाजर रस्ते नज़र आया तो वही दिखेंदे जुलसों तो एने गिनो ये असल जिंदगी और इतों के लोग ਬੜੇ ਖੁਸ਼ਹਾਲ ਹਨ ਯਾਨੀ ਖੁਸ਼ੀਦਾਰ ਜ਼ਿੰਦਗੀ ਗੁਜ਼ਰਨ ਦੇ ਪੈ ਮੈਂ ਕੁਝ ਲੋਕਾਂ ਕੋਲ ਜਾਣਨ ਦੀ ਕੋਸ਼ਿਸ਼ ਕੀਤੀ ਮੈਂ ਪੁੱਛਿਆ ਮੈਂ ਕਿ ਯਾਰ ਤੁਹਾਡੀ ਜ਼ਿੰਦਗੀ ਤੁਸੀਂ ਪੀਵਣ ਦਾ ਪਾਣੀ ਕਿਹਨੇ ਥਾ ਇੱਥਾ ਮਸਾਇਲ ਹੀ ਮਸਹਲਨ ਤੁਸੀਂ ਸਾਰੀ ਦਿਵਾਰ ਕਿਆ ਕਰਦੇ ਹੋ ਉਹਨਾਂ ਕਹਿੰਦੇ ਅਸੀਂ ਆਪਣੇ ਜਾਨਵਰਾਂ ਦੇ ਵਿੱਚ ਲੇਕਿਨ ਰੋਹੀ ਛੋੜਨ ਆਸਤੇ ਸਾਰਾ ਦਿਲ ਨਹੀਂ ਕਰਦਾ ਤਾਂ ਨਾਜ਼ਰੀਨ ਆਓ ਥੋੜਾ ਥੋੜਾ ਜਿਹਾ ਤੁਹਾਨੂੰ ਨਜ਼ਰ ਇਹ ਪਾਸੂ ਵੀ ਦਿਖਨੇ ਕਾਲੂ ਵਾਲਾ ਟੋਬਾ ਯਕੀਨਨ ਕਿਆ ਬਾਤ ਹੈ ਹਾਏ 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 ਟੋਬਿਆਂ ਦੀ ਕਿਆ ਬਾਤ ਹੈ ਔਰ ਉਹ ਲੋਕ ਕਿਤਨੇ ਪਿਆਰੀ ਜ਼ਿੰਦਗੀ ਗੁਜ਼ਰਿੰਦੇ ਨੇ ਜਿਹੜੇ ਇਹਨਾਂ ਟੋਬਿਆਂ ਦਾ ਪਾਣੀ ਪੀਂਦੇ ਨੇ ਤਾਂ ਨਾਜ਼ਰੀਨ ਇਹ ਤੁਸੀਂ ਦੇਖ ਸਕਦੇ ਹੋ ਮੇਰੇ ਕੈਮਰੇ ਸਕਰੀਨ ਤੋਂ ਤੁਹਾਨੂੰ ਕੋਈ ਤਮਾਮ ਨਾਜ਼ਰ ਨਜ਼ਰ ਆਂਦੇ ਪਏ ਹੋਣ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਹੋ ਕਿਹੋ ਜੀ ਜ਼ਿੰਦਗੀ ਲੋਕ ਗੁਜ਼ਰਿੰਦੇ ਹਨ ਔਰ ਕਿਵੇਂ ਕਰਕੇ ਆਪਣੇ ਵਕਤ ਕੋ ਖੁਸ਼ਹਾਲ ਤਰੀਕੇ ਦੇ ਨਾਲ ਗੁਜ਼ਰਿੰਦੇ ਨੇ ਇਹ ਹੀ ਵੇ ਕਾਲੂ ਆਲਾ ਟੋਬਾ ਕਾਲੂ ਆਲਾ ਟੋਬਾ ਤਾਂ ਯਕੀਨਨ ਆਓ ਜਲਦੇ ਹਾਂ ਅੱਗੇ ਤੇ ਅੱਗੇ ਤੇ ਵੱਲ ਢੇਰ ਸਾਰੇ ਮਨਾਜ਼ਰ ਹਨ ਜਿਹੜੇ ਯਕੀਨਨ ਇਹ ਪ੍ਰੋਗਰਾਮ ਜਿਹੜੇ ਹਨ ਇਹ ਅੱਗੇ ਤੋਂ ਅੱਗੇ ਚੱਲਦੇ ਰਹਿਣ ਕਿਉਂਕਿ ਅਸਾਂ ਢੇਰ ਸਾਰੇ ਪ੍ਰੋਗਰਾਮ ਇਥੇ ਰਿਕਾਰਡ ਕੀਤੇ ਹਨ ਸਾਰੀ ਕੋਸ਼ਿਸ਼ ਹੈ ਕਿ ਅਸਾਂ ਆਪਣੇ ਨਾਜ਼ਰੀਨ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰੋਗਰਾਮ ਦਿਖਾਉਂ ਤਾਂ ਨਾਜ਼ਰੀਨ ਅਸਲ ਸਟੋਰੀ ਅੱਗੇ ਤੇ ਹੈ ਤਾਂ ਆਓ ਜੁਲੂ ਅੱਗੇ ਅਸਲਾਮ ਵਾਲੇਕੁਮ ਨਾਜ਼ਰੀਨ ਇਕਰਾਮ ਤੁਸਾਂ ਦੇ ਪਿਓ ਝੋਕ ਟੀਵੀ ਬਸੇ ਦੀ ਆਵਾਜ਼ ਅਗਰ ਤੁਸਾਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ लाइक like करो और दोस्तों शेयर करो अगर थोड़े कोई टैलेंट है कोई सलाहियत है या खुदा ना खासदार तुसा कहीं मुश्किल का शिकार ही देती झेली पही है तो झोक टीवी राबता करो नंबर तुसा तले स्क्रीन पर दे दे पे हो नंबर पर रबता करके झोक टीवी वी झोक टीवी वी आवाज बनसी क्योंकि झोंक टीवी मजलूम की आवाज़ है वसे आवाज